सत श्री अकाल किसान वीरो, स्वागत है तुहाडा ताज़ा मंडी भा यूट्यूब चैनल दे विच। किसान वीरो, अज आपां तुहाडे नाल नरमा बासमती 1509 सरों ते गवारा ऐद फसलां दे भा सांझे करांगे। वक्खो वक्खरियां मंडियां दे विच की भा जिन्हां फसलां दे रहे सारी जानकारी तुहाडे नाल सांझी करांगे। तो जिहड़े दोस्त पहली बार अपने चैनल ते आए आ, चैनल नूं सबसक्राइब करके नाल घंटी वाला बटन भी दबा लिओ ਤਾਂ ਕਿ ਤੁਹਾਨੂੰ ਹਰ ਰੋਜ਼ ਮੰਡੀ ਦੇ ਰੇਟਾਂ ਦੇ ਬਾਰੇ ਜਾਣਕਾਰੀ ਮਿਲਦੀ ਰਹੇ। ਕਿਸਾਨ ਵੀਰੋ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਸਮਤੀ 1509 ਦੇ ਰੇਟਾਂ ਦੇ ਬਾਰੇ। ਤਾਂ ਤਰਨ ਤਾਰ ਮੰਡੀ ਦੇ ਵਿੱਚ ਜਿਹੜਾ ਬਾਸਮਤੀ 1500 ਨੂੰ 2700 ਰੁਪਏ ਤੋਂ 3017 ਰੁਪਏ ਤੱਕ ਵਿਕਿਆ। ਉਸ ਤੋਂ ਅੱਗੇ ਗੱਲ ਕਰਦੇ ਹਾਂ ਅੰਮ੍ਰਿਤਸਰ ਮੰਡੀ ਦੀ, ਤਾਂ ਇੱਥੇ 2700 ਰੁਪਏ ਤੋਂ ਲੈ ਕੇ 2955 ਰੁਪਏ ਤੱਕ ਜਿਹੜਾ ਬਾਸਮਤੀ 1509 ਦਾ ਭਾਅ ਰਿਹਾ। ਪਾਤੜਾਂ ਮੰਡੀ ਦੇ ਵਿੱਚ ਕਿਸਾਨ ਵੀਰੋ ਜਿਹੜਾ ਬਾਸਮਤੀ 1509 3100 ਰੁਪਏ ਨੂੰ ਕੁਇੰਟਲ ਵਿਕਿਆ। ਉਸ ਤੋਂ ਅੱਗੇ ਗੱਲ ਕਰੀਏ ਸੋਨੀਪਤ ਮੰਡੀ ਹਰਿਆਣਾ ਦੀ, ਤਾਂ ਇੱਥੇ 2951 ਰੁਪਏ ਤੋਂ ਲੈ ਕੇ 3051 ਰੁਪਏ ਤੱਕ ਜਿਹੜਾ ਬਾਸਮਤੀ 1509 ਵਿਕਿਆ। ਔਰੰਗਾਬਾਦ ਮੰਡੀ ਦੇ ਵਿੱਚ ਕਿਸਾਨ ਵੀਰੋ ਬਾਸਮਤੀ 1509 3021 ਰੁਪਏ ਨੂੰ ਵਿਕਿਆ। ਨਰੇਲਾ ਮੰਡੀ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਇੱਥੇ 2950 ਰੁਪਏ ਕੁਇੰਟਲ ਬਾਸਮਤੀ 1509 ਦਾ ਭਾਅ ਰਿਹਾ। ਉਸ ਤੋਂ ਅੱਗੇ ਗੱਲ ਕਰਦੇ ਹਾਂ ਚੀਕਾ ਮੰਡੀ ਦੀ ਕਿਸਾਨ ਵੀਰੋ, ਤਾਂ ਇੱਥੇ 2850 ਰੁਪਏ ਤੋਂ ਲੈ ਕੇ 2915 ਰੁਪਏ ਨੂੰ ਜਿਹੜਾ ਬਾਸਮਤੀ 1509 ਵਿਕਿਆ। ਕੈਥਲ ਮੰਡੀ ਦੇ ਵਿੱਚ 2920 ਰੁਪਏ ਤੋਂ 3030 ਰੁਪਏ ਤੱਕ ਬਾਸਮਤੀ 1509 ਦਾ ਭਾਅ ਰਿਹਾ। ਲਾੜਵਾ ਮੰਡੀ ਦੇ ਵਿੱਚ ਕਿਸਾਨ ਵੀਰੋ 3055 ਰੁਪਏ ਨੂੰ ਜਿਹੜਾ ਬਾਸਮਤੀ 1509 ਵਿਕਿਆ। ਉਸ ਤੋਂ ਅੱਗੇ ਗੱਲ ਕਰਦੇ ਹਾਂ ਪਹੇਵਾ ਮੰਡੀ ਦੀ ਕਿਸਾਨ ਵੀਰੋ, ਤਾਂ ਇੱਥੇ 2971 ਰੁਪਏ ਨੂੰ ਜਿਹੜਾ ਕੁਇੰਟਲ ਬਾਸਮਤੀ 1509 ਦਾ ਭਾਅ ਰਿਹਾ। ਉਸ ਤੋਂ ਅੱਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਖਨੌਰੀ ਮੰਡੀ ਦੀ, ਤਾਂ ਇੱਥੇ 3195 ਰੁਪਏ ਨੂੰ ਬਾਸਮਤੀ 1509 ਵਿਕਿਆ। ਗੱਲ ਕਰੀਏ ਕਰਨਾਲ ਮੰਡੀ ਦੀ, ਤਾਂ ਇੱਥੇ 2900 ਦਾ ਭਾਅ ਰਿਹਾ। ਉਸ ਤੋਂ ਅੱਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਟਹਾਣਾ ਮੰਡੀ ਦੀ, ਤਾਂ ਟਹਾਣਾ ਮੰਡੀ ਦੇ ਵਿੱਚ ਕਿਸਾਨ ਵੀਰੋ ਬਾਸਮਤੀ 1509 3175 ਰੁਪਏ ਨੂੰ ਵਿਕਿਆ। ਕਿਸਾਨ ਵੀਰੋ ਇਹ ਸਨ ਬਾਸਮਤੀ 1509 ਦੇ ਅੱਜ ਦੇ ਤਾਜ਼ਾ ਰੇਟ। ਹੁਣ ਗੱਲ ਕਰਦੇ ਹਾਂ ਬਾਕੀ ਹੋਰ ਫਸਲਾਂ ਦੇ ਬਾਰੇ। ਐਲਨਾਬਾਦ ਮੰਡੀ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਇੱਥੇ ਨਰਮੇ ਦਾ ਭਾਅ 7000 ਰੁਪਏ ਨੂੰ ਰਿਹਾ ਅਤੇ ਕਪਾਹ 6581 ਰੁਪਏ ਨੂੰ ਵਿਕੀ। ਸਰੋਂ ਦਾ ਭਾਅ ਕਿਸਾਨ ਵੀਰੋ ਇਸ ਮੰਡੀ ਦੇ ਵਿੱਚ 7664 ਰੁਪਏ ਕੁਇੰਟਲ ਰਿਹਾ ਅਤੇ ਗਵਾਰਾ 5500 ਰੁਪਏ ਕੁਇੰਟਲ ਵਿਕਿਆ। ਉਸ ਤੋਂ ਅੱਗੇ ਕਿਸਾਨ ਵੀਰੋ ਬਰਵਾਲਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮਾ 6910 ਰੁਪਏ ਵਿਕਿਆ, ਕਪਾਹ ਦਾ ਭਾਅ 6600 ਰੁਪਏ ਕੁਇੰਟਲ ਰਿਹਾ। ਗੱਲ ਕਰੀਏ ਡੱਬ ਵਾਲੀ ਮੰਡੀ ਦੀ, ਤਾਂ ਕਿਸਾਨ ਵੀਰੋ ਇੱਥੇ ਨਰਮੇ ਦਾ ਭਾਅ 7100 ਰੁਪਏ ਕੁਇੰਟਲ ਰਿਹਾ। ਅੱਗੇ ਹਾਂਸੀ ਮੰਡੀ ਦੀ ਗੱਲ ਕਰੀਏ ਤਾਂ ਇੱਥੇ 7025 ਰੁਪਏ ਨੂੰ ਜਿਹੜਾ ਨਰਮੇ ਦਾ ਭਾਅ ਰਿਹਾ। ਉਸ ਤੋਂ ਅੱਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਹਬੋਰ ਮੰਡੀ ਪੰਜਾਬ ਦੀ, ਤਾਂ ਇੱਥੇ ਨਰਮਾ 6920 ਰੁਪਏ ਨੂੰ ਵਿਕਿਆ, ਕਪਾਹ 6595 ਰੁਪਏ ਨੂੰ ਕੁਇੰਟਲ ਵਿਕੀ। ਉਸ ਤੋਂ ਅੱਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਰਾਵਤਸਰ ਮੰਡੀ ਦੀ, ਤਾਂ ਇੱਥੇ ਨਰਮੇ ਦਾ ਭਾਅ 7250 ਰੁਪਏ ਰਿਹਾ, ਗਵਾਰਾ 5700 ਰੁਪਏ ਅਤੇ ਸਰੋਂ ਦਾ ਭਾਅ ਕਿਸਾਨ ਵੀਰੋ 8300 ਰੁਪਏ ਕੁਇੰਟਲ ਰਿਹਾ। ਉਸ ਤੋਂ ਅੱਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਹਨੂੰਮਾਨਗੜ੍ਹ ਮੰਡੀ ਦੀ, ਤਾਂ ਇੱਥੇ ਨਰਮਾ 7112 ਰੁਪਏ ਰਿਹਾ, ਸਰੋਂ ਦਾ ਭਾਅ ਕਿਸਾਨ ਵੀਰੋ 8080 ਰੁਪਏ ਕੁਇੰਟਲ ਰਿਹਾ। ਉਸ ਤੋਂ ਅੱਗੇ ਗੰਗਾਨਗਰ ਮੰਡੀ ਦੀ ਗੱਲ ਕਰੀਏ ਤਾਂ ਨਰਮੇ ਦਾ ਭਾਅ 7040 ਰੁਪਏ ਰਿਹਾ, ਕਪਾਹ 6670 ਰੁਪਏ ਵਿਕੀ ਅਤੇ ਸਰੋਂ ਦਾ ਭਾਅ ਕਿਸਾਨ ਵੀਰੋ 7769 ਰੁਪਏ ਰਿਹਾ। ਸੰਗਰੀਆ ਮੰਡੀ ਦੇ ਵਿੱਚ ਸਰੋਂ ਦਾ ਭਾਅ ਕਿਸਾਨ ਵੀਰੋ 7800 ਰੁਪਏ ਕੁਇੰਟਲ ਰਿਹਾ। ਗੱਲ ਕਰੀਏ ਵਿਜੇਨਗਰ ਮੰਡੀ ਦੀ, ਤਾਂ ਕਿਸਾਨ ਵੀਰੋ ਇੱਥੇ ਨਰਮੇ ਦਾ ਭਾਅ 7000 ਰੁਪਏ, ਸਰੋਂ 7700 ਰੁਪਏ ਕੁਇੰਟਲ ਵਿਕੀ। ਉਸ ਤੋਂ ਅੱਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਬੀਕਾਨੇਰ ਮੰਡੀ ਦੀ, ਤਾਂ ਇੱਥੇ ਸਰੋਂ ਦਾ ਭਾਅ 7500 ਰੁਪਏ ਕੁਇੰਟਲ ਰਿਹਾ। ਸੋ ਕਿਸਾਨ ਵੀਰੋ ਇਹ ਸਨ ਵੱਖ ਵੱਖ ਮੰਡੀਆਂ ਦੇ ਵਿੱਚ ਅੱਜ ਦੇ ਫਸਲਾਂ ਦੇ ਭਾਅ ਜਾਣਕਾਰੀ। ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ ਮੰਡੀਆਂ ਦੇ ਭਾਅ ਦੀ ਨਵੀਂ ਅਪਡੇਟ ਲੈ ਕੇ। ਮਿਹਰਬਾਨੀ, ਸ਼ੁਕਰੀਆ।